ਟੋਕ ਟੋਕ ਹੀ ਮੱਤ ਵੱਜੀ ਆ ਓ ਭਾ ਹਲੋ ਉਹ ਪਹਿਲੇ ਇੱਧਰ ਤਾਂ ਕਰਦੇ ਯਾਰ ਕੰਪਲੀਟ ਹਾਂਜੀ ਉਹਦੀ ਉਹਨੇ ਦੁਕਾਨ ਚੁੱਕ ਕੇ ਖੜਨੀ ਹੈ ਕਿਤੇ ਉਹ ਫਿੱਟੇ ਨੂੰ ਸਾਡਾ ਹੋਲਣ ਦੇ ਇੱਧਰ ਆਹ ਚੱਚ ਖਾਂ ਬਈ ਆਪਣਾ ਬੇਟੇ ਖਾਂ ਇਹ ਲਲਾਰੀ ਖਾਂ ਦੀ ਗੱਲ ਸੁਣੋ ਤੁਸੀਂ ਇੱਧਰ ਆਓ ਇੱਥੇ ਵੱਡੀ ਤਸਵੀਰ ਬਣਾ ਜਿੱਥੇ ਹਕੀਮ ਫਰੀਦ ਖਾਂ ਵੱਡੇ ਅਜ਼ੀਮ ਹਕੀਮ ਆਜ਼ਮ ਲਿਖ ਤੇ ਹਾਂ ਲਖ ਲਖ ਵੱਡਾ ਹਕੀਮ ਅਜ਼ੀਮ ਵਾਜਬਲ ਕਤਲ ਲਿਖ ਚਾਚੇ ਖਾਂ ਹਜ਼ਾਰ ਕਰੀ ਵੀ ਹੁੰਦੀ ਆ ਹਾਂਜੀ ਕਿੱਡਾ ਵੱਡਾ ਲਿਖਦਾ ਇਹ ਇੱਥੋਂ ਲੱਗ ਕੇ ਐਡਾ ਲਿਖਦੇ ਐਨਾ ਲਿਖਦੇ ਬਸ ਐਡਾ ਨਹੀਂ ਮੇਰੇ ਕੋਲ ਲਿਖਾਇਆ ਐਡਾ ਵੱਡਾ ਲਿਖਦੇ ਹਕੀਮ ਇਹਨਾਂ ਨਾਲ ਬਾਹਰ ਆ ਜਵੇ ਉਹ ਇੱਥੇ ਆ ਕੇ ਕੰਮ ਕਰ ਯਾਰ ਆ ਯਾਰ ਇਹਨਾਂ ਦੇ ਕੰਮ ਐਨ ਮੂੰਹ ਕਰਕੇ ਗੱਲ ਸੁਣ ਤੂੰ ਮੇਰੀ ਆ ਜਿਹੜਾ ਫੱਟੇ ਆ ਨਾ ਸਾਡੇ ਆ ਮੇਰਾ ਰੰਗ ਸਾਰਾ ਅੱਗੋਂ ਸੋਹਣਾ ਸਾਫ ਸੁਥਰਾ ਕਰਨਾ ਐ ਫੱਟੇ ਜਿਹੜੇ ਵਿੱਚ ਛੁਕਣੇ ਐ ਚਾਚੇ ਖਾਨ ਜੀ ਐ ਤੁਸੀਂ ਗੋਲਡਨ ਮੈਨ ਹੋ ਮੇਰੀ ਗੱਲ ਸੁਣੀ ਯਾਰ ਹਕੀਮ ਮੈਨੂੰ ਇੱਕ ਗੱਲ ਯਾਦ ਆ ਗਈ ਹਾਂਜੀ ਭਾਈ ਦੇਖੋ ਜਿਹਾ ਤੇਰਾ ਖੂਨੀ ਜਿਹਾ ਕਾਰੋਬਾਰ ਆ ਤੂੰ ਆ ਜਗ੍ਹਾ ਤੇ ਨਹੀਂ ਆ ਜਾਂਦਾ ਹਾਂ ਸਹੀ ਗੱਲ ਆ ਤੇਰਾ ਜਿਹੜਾ ਕਾਰੋਬਾਰ ਆ ਉਹ ਰੰਗ ਹੀ ਨਹੀਂ ਉਹਦੇ ਕੋਲ ਹੈ ਸਿਆ ਉਹ ਚਾਚਾ ਆ ਕਿਤਾਬ ਉਧਰ ਪਈ ਜੇ ਕਿਸੇ ਨੇ ਪੜ ਲਈ ਫੇਰ ਇਹ ਪਹਿਲਾਂ ਤੂੰ ਚੋਰੀ ਚੱਕ ਕੇ ਲੈ ਜਾ ਮੈਂ ਫਿਰ ਇਦਾਂ ਕਰਨ ਲੱਗ ਪੈਣਾ ਆ ਨਾਮ ਨੂੰ ਤੂੰ ਬਾਅਦ ਚੋਂ ਲਿਖ ਰਹੇ ਆ ਇੱਥੇ ਪਹਿਲੇ ਪੌੜੀਆਂ ਤੇ ਬਣਾ ਦੇ ਆ ਉਦਾਂ ਹੀ ਚੜਾਤਾ ਹੀ ਤਾਂ ਨੂੰ ਪੌੜੀਆਂ ਕਿਦਾਂ ਬਣਨੀਆਂ ਇਹ ਇੱਥੇ ਕੀ ਲੇਖ ਮੇਰਾ ਨਾਮ ਹੈ ਸਭ ਤੋਂ ਪਹਿਲੇ ਇੱਥੇ ਲਿਖ ਅਬਾਸ ਕੀ ਚਾਹ ਹਕੀਮ ਕੀ ਸ਼ਫਾ ਇੱਥੇ ਲਿਖ ਹੈ ਠੀਕ ਹੈ ਲਿਖ ਦੇ ਨਹੀਂ 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 ਦੇਖੋ ਦੇਖੋ ਭਾਜੀ ਇੱਧਰ ਆਓ ਇੱਧਰ ਆਓ ਤੁਸੀਂ ਇੱਧਰ ਇੱਧਰ ਆਓ ਭਾਜੀ ਹਾਂਜੀ ਇੱਥੇ ਤੁਸੀਂ ਵੱਡਾ ਸਾਰਾ ਲਿਖੋ ਹਕਮਤ ਕੇ ਬੁਨਿਆਦੀ ਅਸੂਲੋਂ ਪਰ ਦਵਾਈ ਤਿਆਰ ਕੀ ਜਾਂਦੀ ਹੈ ਇਹ ਲੰਮੀ ਗੱਲ ਹੈ ਤੂੰ ਇੱਧਰ ਆ ਮੈਂ ਮੁਖਤਸਰ ਜਿਹਾ ਕੰਮ ਕਰਾਣਾ ਆ ਹਾਂ ਬੜਾ ਚੰਗਾ ਕੀਤਾ ਬੰਦੇ ਲੈ ਆ ਆ ਆ ਆ ਆ ਇੱਥੇ ਆ ਇੱਥੇ ਲਿਖ ਮਿੱਠਾ ਮਿਸਤਰੀ ਇਹ ਮਿੱਠਾ ਰਹਿੰਦੇ ਸੀ ਢੇਠਾ ਮਿਸਤਰੀ ਲਿਖਦੇ ਤੇਰਾ ਜੇਰ ਫਿੱਟੇ ਫਿੱਟੇ ਇਹ ਇੱਧਰ ਆ ਜੇ ਤੈਨੂੰ ਲਲਾਰੀ ਖਾਂ ਉੱਧਰ ਆ ਇੱਧਰ ਦਾ ਮੇਰੀ ਗੱਲ ਉੱਧਰ ਆ ਇਹ ਕਿਤੇ ਲਿਖਣਾ ਤੋਂ ਮੈਨੂੰ ਮੇਰੀ ਗੱਲ ਸੁਣ ਹਕੀਮ ਇੱਕ ਮਿੰਟ ਯਾਰ ਇੱਥੇ ਗੱਲ ਸੁਣ ਮੇਰੀ ਘੇਰ ਹੁਆ ਚਾਚਾ ਚਾਚਾ ਉਹਨੂੰ ਪਹਿਲੇ ਇੱਧਰ ਇੱਧਰ ਖਾਣ ਪੀਣ ਦਾ ਕੰਮ ਆ ਪਹਿਲੇ ਇੱਧਰ ਲਿਖ ਲੈਂਦੇ ਉਹਨੂੰ ਹਾਂ ਇੱਥੇ ਲਿਖ ਅਬਾਸ ਜੰਨੂ ਅੱਛਾ ਲਿਖ ਦੇ ਇੱਥੇ ਇੱਥੋਂ ਕੰਮ ਕਰਕੇ ਤੂੰ ਇੱਧਰ ਉੱਧਰ ਜਾਣਾ ਠੀਕ ਆ ਕੀ ਲਿਖਣਾ ਇੱਥੇ ਲਿਖ ਦੇ ਅਬਾਸ ਜੰਨੂ 3176 ਐਫ ਬੀ ਏ ਇਹਦਾ ਲਿਖ ਦੇ ਉਹ ਐਲ ਐਲ ਪਾਉਣ ਲੱਗਾ 3176 ਲੈ ਮੇਰੀ ਦੁਕਾਨ ਦਾ ਨਾਮ ਹਾਂ ਮੈਂ ਜਿੱਦਾਂ ਮਰਜ਼ੀ ਨਵੀਂ ਹੋਈ ਇਹ ਕੀ ਸੀ ਜਰਾ ਮੱਛਰ ਮੁੱਛਰ ਮਰ ਜਾਏਗਾ ਨਾ ਲਲਾਰੀ ਖਾਂ ਜੀ ਇੱਕ ਮਿੰਟ ਇਹ ਲਲਾਰੀ ਖਾਂ ਕੀ ਹੁੰਦਾ ਹੈ ਤੇਰੀ ਮੇਰੀ ਲਲਾਰੀ ਹੋ ਜਾਂਦੀ ਹੈ ਜੇ ਵਿੱਚ ਬੋਲਿਆ ਹੁੰਦਾ ਆ ਵੇਖ ਲੈ ਪਈਆ ਤੇਰੇ ਨਾਲ ਗਲਤ ਲਫਾਜ਼ ਬੋਲਦਾ ਹੈ ਤੈਨੂੰ ਲਲਾ ਮੇਰੀ ਪਹਿਲੋ ਲਓ ਜੀ ਆ ਸ਼ੁਕਰ ਹੋ ਜੀ ਓਹੋ ਓ ਕੀ ਹੋ ਗਿਆ ਮਿੱਠੇ ਕੀ ਪਸੂੜੀ ਪਾਤੀ ਆ ਯਾਰ ਮੇਰਾ ਐਡਾ ਬੁਲਟ ਗਵਾਚਾ ਵਾ ਮੈਨੂੰ ਲੱਭਣ ਨਹੀਂ ਡਿਆ ਮੈਨੂੰ ਸਾਰੇ ਤਲਾਸ਼ੀ ਦਿਓ ਇਹ ਕਿੱਡਾ ਜੀ ਐਡਾ ਹਾਂਜੀ ਐਡਾ ਆ ਵੇਖੋ ਨਜ਼ਰ ਆਉਣਾ ਚਾਹੀਦਾ ਐਡਾ ਜੀ ਹੋਇਆ ਸਹੀ ਗੱਲ ਹੈ ਸਹੀ ਗੱਲ ਹਕੀਮ ਮੇਰੀ ਸੁਣ ਲਾ ਗਲਾ ਚੇਜ ਚੂਜ ਛੱਡਦੇ ਮੇਰੇ ਕੋ ਬੁਲਟ ਨਾ ਲੱਭਾ ਮੈਂ ਇੱਕ ਸਾਰੀ ਲਾਸ਼ਾਂ ਵਿਛਾ ਦੇਣੀਆਂ ਵਾ ਇੱਧਰ ਆ ਦੋ ਇਹ ਮਜ਼ਦੂਰ ਕੀ ਲਾਠੀ ਹੈ ਕਾਤ ਗਿਆ ਇੱਧਰ ਆ ਜਾ ਇਹ ਜੈ ਤੈਨੂੰ ਪਤਾ ਲੱਗਦਾ ਨਹੀਂ ਬੁਲਟ ਹੁੰਦਾ ਹੀ ਉਹ ਔਰ ਦੋ ਤ ਮੈਨੂੰ ਪਤਾ ਬੁਲਟਰਾ ਵੀ ਦੇ ਉਹਦੇ ਸਾਹਮਣੇ ਅਗਲੇ ਨੇ ਮਿਹਰਬਾਨੀ ਹਕੀਮ ਸਾਹਿਬ ਸ਼ੁਕਰੀਆ ਨਹੀਂ ਨਹੀਂ ਜੀ ਮੈਨੂੰ ਨਹੀਂ ਪਤਾ ਬੁਲਾਇਆ ਤਾਂ ਮੈਨੂੰ ਇਦਾਂ ਹੀ ਜਿਵੇਂ ਤੂੰ ਜੋੜਾ ਕਰਕੇ ਦੇ ਦੇਣਾ ਉਹ ਮਿੱਠੇ ਉਹ ਕੱਲਾ ਬੁਲਟ ਸੀ ਕਿ ਰੈੱਡ ਬੁਲਟ ਸੀ ਓਏ ਓਏ ਉਰੇ ਆ ਤੈਨੂੰ ਮੈਂ ਬੁਲਟ ਪ੍ਰੂਫ ਦੇ ਆ ਉਰੇ ਓਏ ਹਾਸਦੀਨੋ ਚੁੱਪ ਕਰੋ ਜਰਾ ਭਾਜੀ ਇੱਥੇ ਵੱਡਾ ਕਰਕੇ ਲਿਖਣਾ ਮਿੱਠਾ ਫੋਟੋਗ੍ਰਾਫਰ ਫੋਟੋਗ੍ਰਾਫੀ ਦਾ ਕੰਮ ਕਰਾਂਗੇ ਹੀਰ ਬਣਾਉਣਗੀਆਂ ਇੱਥੇ ਵੱਡੀ ਸਾਰੀ ਟੈਂਕੀ ਬਣਾ ਦੇ ਉਹਦੇ ਵਿੱਚ ਆਪਣਾ ਸ਼ਰਬਤ ਗੁਜੂਰੀ ਆ ਰਿਹਾ ਵੀ ਲਿਖ ਦੇ ਅੱਛਾ ਇਹ ਵੱਡੀ ਸਾਰੀ ਟੈਂਕੀ ਬਣਾ ਕੇ ਇੱਥੇ ਮੇਰੀ ਫੋਟੋ ਵੱਡੀ ਬਣਾ ਉੱਤੇ ਤੂੰ ਲਿਖ ਦੇ ਬਹੁਤ ਵੱਡੇ ਦੁਨੀਆ ਕੇ ਹਕੀਮ ਅਜ਼ੀਮ ਫਰੀਦ ਖਾਂ ਕਦੇ ਹੱਸੇ ਹਕੀਮ ਇੱਕ ਮਿੰਟ ਮੇਰੀ ਗੱਲ ਸੁਣ ਇਹ ਕਹਿੰਦਾ ਹੈ ਮੈਂ ਫੋਟੋਗ੍ਰਾਫਰ ਬਣ ਗਿਆ ਸਹੀ ਗੱਲ ਹੈ ਸਹੀ ਗੱਲ ਉੱਤੋਂ ਇੱਥੇ ਕਹਿੰਦਾ ਹੀਰ ਬਣਾਣੀਆ ਚਾਚਾ ਤਾਂ ਆਏ ਮੇਰੀ ਸੁਣ ਗੱਲ ਕਤਰੀਨਾ ਕੈਫ ਜੋ ਤੈਨੂੰ ਇੰਜ ਕਰਕੇ ਤਸਵੀਰ ਖਿਚਾਵੇ ਕੈਸਾ ਲੱਗੂਗਾ ਹਾਂ ਸਹੀ ਸਹੀ ਸੋਚ ਰਾ ਓਏ ਉਰੇ
जेडी कुड़ी है मलका शरावत ओदे नाल मेरी किते आ चीज करा देना दोस्ती जई तमे तेरा ओ करा देगा करानी है तेरा मुंडा ने करा देनी दोस्ती ते हले काम चलिया नहीं तो देख की डिमांडा देख कह रही हैं इथे बंडा सारा लिख हकीम ते बल चराहत वसाहत हुकूमत उंगलियां तराशी है मैंने यार के इमदादे शौक में वाह 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 वो निस्तो नबूद है मेरे सामने का वकील आजम क्या बात है नहीं नहीं देखना बेटे खां एक मिनट ऐ दिखाओ हाँ जी ऐ पीछे हो थोड़ा ओ, ओ, ना ऐ देख ऐ बेहकी बनी भे हकीम यही करना है बेड़ा कर करने यार सारा दिन यार ऐ नहीं इतना लिखी था इतना नहीं लिखी था ऐ देख मैं तेरे दास्ता के दाली लिखी था ते आजम पाव बड़ा आजम बड़ा हकीम वकील बड़ा हकीम आजम हाँ पढ़नी से चाचे की जगह मान पड़े ऐसे लिख हकीम है कबीरा ऐ देखो जी मेरी गल सुनो इतने लिखना तो सी के ना ना दे हम अपनी दवाई पर काट नहीं लेते तिब्बल जराहत में उम्दा म्यारी कारोबार करने वाला तसल्ली बख्श हकीम आजम नहीं नहीं हकीम इतना कुछ लिखा उड़ ये दुकान तू नहीं कर रही ऐ मेरा यार सारा कुछ लिखन दिया और किधर लिखन दिया ओए ना झूठ तोबा तोबा ऐ लिखो जरा इथे बड़ा नहीं नहीं उर्दू च नहीं एक मिनट इंग्लिश च लिखो इंग्लिश च लिखना वा द थाउजेंड ऑफ ग्लैडिएटर एग्जांपल ऑफ द स्पार्टिकस ऑफ नेशन ऑफ द लेबोरेटरी हकीम फरीद खान द आइंस्टाइन एक समझ ऐसे लिखो और कितने लिखना एक और ही लिखा है कहते हो दी मैनू आ मैं लिखना नहीं आंदा हां मैं नहीं लिखना आंदा ए दिखा और मैं तेनु दसना ए देख ओ डब्ल्यू हकीम ठीक है समझ इस तरह नहीं इस तरह खराब हो जाता है ओ इस तरह नहीं करी था एक मिनट डब्ल्यू हकीम एम मैगमा यानी तिब्बल जराहत ठीक है बस तेरा मकसद सारा खराब करता है ओए सारा खराब करता है देखो यार मैं लिखना चाचा ताजा तेरी दुकान दा हां मेरी इत्थे सोना जा करके लिखो आखरी आरामगाह हां जी यार तू इधर आके अपनी खुशखती दे जोहर दिखा मैनू एक यार मैं नहीं अच्छा गल सुनो जी ललारी पाजी इथे लिख दो वो गुले जूफा के नक्शे वो दबकी है आलम वो भी लिखो यार हां ठीक बड़ा सारा लिख दे ठीक है यार इधर दो लेना लेके काम पकता यार दोस्त इधर आ जा तू यार की है यार जाओ मैं नहीं करता काम आ बैठ रहा काम मैं नहीं करता अपने मालक नु लाओ जाओ जाओ मैं नहीं करता जाओ ओ भाई ओ गल सुनो पाजी नहीं मैं नहीं सुनूं ललारी मियां कुछ ना कुछ लिख दे ना नहीं इतने लिख चाचा ताज यार तू वड्डी वाली पेज लिख ना वड्डी पास टी स्टॉल 50 रुपए आग लिखता ही ठहर जा एक मिनट एक इधर क्यों लिखाई तुसी नहीं पाजी क्या ठहर जा एक मिनट लिख दे यार उरे आजा ना डर ना उरे आजा मैं दस की गल की गल की कर दे भाई खपांदे ही बहुत हैगे ने की कहंदे आ ओ केदा आ लिख दे ओ केदा आ लिख दे आ पागल करते रहने मनो इधर आ इधर आ इधर आ की आ कोई तरीका है ना ना काम करांदा इस तरह काम कराईदा ए की कीता ओए मैं अपनी तहरीर लिखा रहा सी जी अपनी दुकान ओ यार तू तो क्या मैं पेंटर हां बड़ा बड़ा ते आ किदा ना लिखाई कीती तेरी भाई इने लिखया ए तू लिखया बुरश फाड़ के खिच के मैं लिखा तेन लिखना नहीं आता यार बुरश फाड़ के तेरे मुंह तेज कर दे तू करा लेगा नहीं खिचिया इस तरह जबरदस्ती खिचिया की तकलीफ आज मैं जानी खा मेरा नाम पहले छही ने लिखा मैं बड़ा कीमल खोना जी हकीम आजम
यार तुहानू अज बुलाया किन्ने तुसी अपने घर च रहिंदे मैं तैयार करा के तुहानू बुला लेना सी तुहानू दस्सिया किन्ने अज इत्थे असी अपनी नगरानी च गए नगरानी मैं तुहानू सारे नू कह के गया सा के भाई दो तीन दिन तुसी नहीं आना मैनू इत्थे ततड़ी बनवा के दे नाले निमाणी बनवा के दे की बनवा के दवा इत्थे इक मैनू ततड़ी बना के दे इक निमाणी बनवा के दे मेरे काम दा निशान आ ततड़ी इहदे इत्थे इहदे तख्ती बना पेंटरा इंज इत्थे लिख चाचा दानिश तारीख वफात 13 जनवरी 2024 बवक्त रात 7-8 बजे और बाहथों सजा जानी हाँ जी लिखे थे ना लिखो ठीक है यानी साहब मैं लिख देना लिख दे यानी साहब मेरे इतने कुछ लिखने की जरूरत नहीं है मैं ना मंगू अनपढ़ जाहली भी इन्ना कुछ लिखा तुसी जस्ट मेरी तस्वीर बनानी है इंज करके मैं कैमरा फड़े आया मैं शूट कर रहा हाय हाय फोटोग्राफी कर रहा अगे मेरे मीता बच्चे साहब खड़े ने नाल मेरे ਕਤਰੀਨਾ ਕੈਫ ਖੜੀ ਹੈ ਨਾਲ ਅੰਜਲੀਨਾ ਜੂਲੀ ਖੜੀ ਤੇ ਇਹ ਸ਼ੂਟ ਕਰ ਰਿਹਾ ਮੈਂ ਇਹ ਨਹੀਂ ਰਹਿਣ ਦਿੰਦਾ ਵਾ ਮੈਂ ਇੱਥੋਂ ਸਿਨੇਮਾ ਲੈਣਾ ਵਾ ਰੈਂਟ ਤੇ ਹਫ਼ਤੇ ਵਾਸਤੇ ਤੇਰੀ ਫਿਲਮ ਲਵਾ ਦਿੰਦਾ ਉੱਥੇ ਤਸਵੀਰਾਂ ਜ਼ਰੂਰੀ ਆ ਤਸਵੀਰਾਂ ਦਾ ਕਿਹੜਾ ਕੰਮ ਆ ਮੋਟਰਾਂ ਦੇ ਕੰਮ 'ਚ ਕਿਹੜੀਆਂ ਤਸਵੀਰਾਂ ਹੁੰਦੀਆਂ ਉਹ ਮੋਟਰਾਂ ਛੱਡਤਾ ਪੰਪਾਂ ਦਾ ਛੱਡਤਾ ਅੱਛਾ ਯਾਨੀ ਹੁਣ ਤੂੰ ਕਿਰਾਇਆ ਵਧਾਉਣਾ ਪੈਣਾ ਤੇਰਾ ਕਿਉਂਕਿ ਤੂੰ ਕੰਮ ਚੇਂਜ ਕਰ ਰਿਹਾ ਤੇਰਾ ਕੰਮ ਵੱਧਦਾ ਜਾ ਰਿਹਾ ਹੌਲੀ ਹੌਲੀ ਤੁਹਾਡਾ ਵੀ ਵੱਧਦਾ ਜਾ ਰਿਹਾ ਹਾਂਜੀ ਇੱਥੇ ਜੋ ਲਹਾਉਣਾ ਨਾ ਆਰਾਮ ਨਾਲ ਬੰਦੇ ਦੇ ਪੁੱਤਾਂ ਓਏ ਤੂੰ ਬਜ਼ੁਰਗ ਆਦਮੀ ਹੈ ਤੂੰ ਤੂੰ ਵੀ ਉਹੀ ਕੰਮ ਹੈ ਜਾਂ ਤੂੰ ਵੀ ਬਦਲ ਲਿਆ ਕੋਈ ਮੈਂ ਨਹੀਂ ਮੇਰਾ ਉਹੀ ਕੰਮ ਆ ਮੈਂ ਉਹ ਉਸ ਹਵਾਲੇ ਨਾਲ ਹੀ ਕਿਹਾ ਨਾ ਮੈਨੂੰ ਇੱਥੇ ਇੱਕ ਤਤੜੀ ਬਣਾ ਦਿਓ ਇੱਕ ਇੱਥੇ ਨਿਮਾਣੀ ਬਣਾ ਦਿਓ ਇੱਕ ਸੈਕਿੰਡ ਇਹ ਕੀ ਹੈ ਉਹ ਮੱਛਰ ਮੁੱਛਰ ਫਿਰ ਰਿਹਾ ਨਾ ਜ਼ਰਾ ਮੱਛਰ ਮਰ ਜਾਏਗਾ ਜ਼ਰਾ ਯਾਰ ਤੁਸੀਂ ਅੱਜ ਜਾਓ ਤੁਹਾਡੀ ਮਿਹਰਬਾਨੀ ਅਸੀਂ ਨਹੀਂ ਜਾਣਾ ਇੱਧਰ ਆਓ ਇੱਥੇ ਇੱਥੇ ਮੇਰੀ ਵੀ ਤਾਜ਼ੀ ਇੱਥੇ ਨਾ ਉੱਧਰ ਚਾਹ ਵਾਲੀ ਤਸਵੀਰ ਤਾਜ਼ੀ ਇੱਥੇ ਮੇਰੀ ਤਸਵੀਰ ਬਣਾਉਣੀ ਇੱਦਾਂ ਕਰਕੇ ਇੱਦਾਂ ਸ਼ਾਬਾਸ਼ੀ ਤਾਜੀ ਮੈਂ ਨਾਲ ਅਕੈਡਮੀ ਬਣਾਉਣੀ ਆ ਹਾਂਜੀ ਹਾਂਜੀ ਇੱਥੇ ਸੈਰ ਤੇ ਅਕੈਡਮੀ ਕਾਦੀ ਬਣਾਉਣੀ ਤੂੰ ਤਾਜੀ ਮੈਂ ਇਦਾਂ ਇਦਾਂ ਉਹ ਕਾ ਓਏ ਉਹ ਹੈਗਾ ਉਹ ਹਕੀਮ ਹੈਗਾ ਭਾਜੀ ਮੇਰੀ ਗੱਲ ਸੁਣ ਕੀ ਨਾਂ ਤੁਹਾਡਾ ਕੈਸਰ ਕੈਸਰ ਭਾਜੀ ਇਧਰ ਗੱਲ ਸੁਣੋ ਮੈਂ ਤੁਹਾਨੂੰ ਲਿਖ ਕੇ ਦਿੰਨਾ ਸਾਰਾ ਕੁਝ ਠੀਕ ਹੈ ਇੱਥੇ ਲਿਖਣਾ ਵਾ ਹਕੀਮ ਪੂਰਾ ਪੂਰਾ ਜਿਆ ਯਾ ਲਿਖ ਦੋ ਹਕੀਮ ਸਾਹਿਬ ਦਾ ਹੀ ਹਾਂ ਹਕੀਮ ਸਾਹਿਬ ਦਾ ਹੀ ਆ ਬਸ ਇਲਾਜ ਕੀ ਜ਼ਿੰਮੇਦਾਰੀ ਆਪਕੀ ਆਪਣੀ ਹੈ ਹਾਂਜੀ ਜ਼ਿੰਦਗੀ ਮੌਤ ਅੱਲਾ ਕੇ ਹੱਥ ਮੇ ਹੈ ਦਵਾਈ ਹਕੀਮ ਕੇ ਹੱਥ ਮੇ ਹੈ ਇਸ ਕੀ ਦਵਾਈ ਖਾਨੇ ਕੇ ਬਾਅਦ ਆਪ ਲੁੜਕ ਜਾਏ ਮਾਰਕੀਟ ਕਾ ਮਾਲਕ ਜ਼ਿੰਮੇਦਾਰ ਨਹੀਂ ਹੋ ਮੈਨੂੰ ਹਰ ਤਰ੍ਹਾਂ ਬਚਾਉਣਾ ਇਹ ਬੇਟੇ ਖਾ ਤੂੰ ਮੇਰੇ ਨਾਲ ਹੀ ਆ ਇਹਨਾਂ ਦੇ ਨਾਲ ਇਹ ਬੇਟਾ ਮੇਰੇ ਨਾਲ ਆ ਮੈਂ ਲੈ ਕੇ ਆਇਆ ਯਾਨੀ ਖਾ ਮੇਰਾ ਪੂਰਾ ਛਜਰਾ ਨਸਬ ਲਿਖਿਆ ਜਾਣਾ ਇੱਥੇ ਪਤਾ ਲੱਗਾ ਕਿਤੇ ਵੱਡੇ ਖਾਨਦਾਨ ਦਾ ਬੱਚਾ ਚਖਚਮਚ ਆ ਗਿਆ ਓਏ ਤੇਰਾ ਛਜਰਾ ਨਸਬ ਪੂਰਾ ਇੱਥੇ ਲਿਖਿਆ ਗਿਆ ਨਾ ਤੂੰ ਬੰਦੇ ਨਾਲ ਬੰਦੇ ਦੀ ਰਿਸ਼ਤੇਦਾਰੀ ਨਹੀਂ ਰਲਣੀ ਫਸ ਜਾਏਗਾ ਐਵੇਂ ਮੈਂ ਸਾਰਿਆਂ ਨੂੰ ਜਾਣਦਾ ਮੇਰੇ ਸਾਰੇ ਆ ਕਰ ਕੀ ਲਿਖੇਗਾ ਹੁਣ ਮੈਂ ਇੱਥੇ ਲਿਖਾਂ ਹਕੀਮ ਕਿੰਡੂ ਕਿੰਗੂ ਖਾਂ ਵਲਦ ਸ਼ਫੀ ਖਾਂ ਵਲਦ ਨਜ਼ੀਰ ਖਾਂ ਤੇਰਾ ਛਜਰਾ ਨਸਬ ਜਦੋਂ ਲਿਖਿਆ ਜਾਣਾ ਨਾ ਉਹ ਲਿਖਿਆ ਜਾਣਾ ਵਾ ਹਕੀਮ ਟਿੰਗੂ ਖਾਂ ਹਾਂਜੀ ਵਲਦ ਮਲਕ ਅਸਲਮ ਵਲਦ ਰਾਣਾ ਇਸਮਾਇਲ ਵਲਦ ਇਸ਼ਫਾਕ ਮੁਗਲ ਆ ਵਲਦ ਦੇਖ ਉੱਤੇ ਜਾ ਰਿਹਾ ਮੇਰਾ ਤੇ ਪਤਾ ਕਿ ਸ਼ਜਰਾ ਨਸਬ ਘੱਟ ਤੇ ਜਿੰਨੀਆਂ ਕੁ ਫੈਮਲੀਆਂ ਨੇ ਮੈਨੂੰ ਮਾਫੀ ਦੇ ਦੇ ਹਕੀਮ ਟਿੰਗੂ ਖਾਂ ਬਸ ਬਸ ਔਰ ਟਿੰਗੂ ਖਾਂ ਨਾਣੀ ਅੱਛਾ ਨਾ ਹਕੀਮ ਅਰਸਲਾਨ ਹਕੀਮ ਜੁਨੇਦ ਇਸ ਟੈਪ ਦੇ ਨਾਂ ਹੁੰਦੇ ਆ ਜਾਨੀ ਸਰ ਟਿੰਗੂ ਖਾਂ ਰਾਸਤਾ ਦੇ ਦੇਣਾ ਇਹ ਕੀ ਆ ਗੇਟ ਨਹੀਂ ਲਾਉਣਾ ਇੱਥੇ ਹੈ ਗੇਟ ਲਾਉਣਾ ਫਮੈਸ਼ ਬੜੇ ਨੂੰ ਕਰ ਪਾ ਯਾਰ ਮੈਂ ਤੁਹਾਨੂੰ ਮਾਰਕੀਟ ਕਿਰਾਏ ਤੇ ਦਿੱਤੀ ਆ ਜਹੇਜ਼ ਤੇ ਨਹੀਂ ਦੇਤੀ ਤੁਹਾਨੂੰ ਖੂਬਸੂਰਤੀ ਤੇ ਪੈਸੇ ਲਾਏ ਤੇ ਤਮੀਜ਼ ਨਾ ਮਿੰਨ ਤੇ ਉਹਦਾ ਬੜਾ ਦੁੱਖ ਇਹਨੂੰ ਮਿਟੇ ਹੋਏ ਯਾਰ ਰੰਗ ਹੈਗਾ ਕਿ ਪਿੱਛੇ ਜਿਹੜਾ ਵਾ ਇਹ ਨਹੀਂ ਮਿਟ ਸਕਦਾ ਨਾ ਮਿਟਿਆ ਹੈ ਨਾ ਮਿਟੇਗਾ ਕੀਮਤੀ ਤਾਲੀਆ ਤਸਵੀਰ ਲਾਣੀ ਆਹੋ ਲਾਉਣੀ ਆ ਤਸਵੀਰਾਂ ਇੱਥੇ ਲਾਉਂਗੇ ਨਾ ਇੱਥੇ ਤਾਜੀ ਇੱਕ ਅੱਧੀ ਤਸਵੀਰ ਰਹਿਣ ਦੋ ਉਹਦੇ ਥੱਲੇ ਨਾ ਚਾਰ ਪਾਪੜ ਲਵਾ ਕੇ ਇੱਕ ਮੈਨੂੰ ਫੱਟੀ ਚਾਹੀਦੀ ਆ ਉਹ ਕਰਨੀ ਦੋ ਉਹ ਤਾਜੀ ਬਹਿਣ ਵਾਸਤੇ ਇੱਥੇ ਮੈਨੂੰ ਤਤੜੀ ਬਣਵਾ ਦੇ ਇੱਥੇ ਮੈਨੂੰ ਨਿਮਾਣੀ ਬਣਵਾ ਦੇ ਯਾਰ ਉਹ ਲੱਕੜੀ ਵਾਲਾ ਨਹੀਂ ਆਇਆ ਇਹ ਕੀ ਆ ਲੰਕਲ ਲੰਕਲ ਵਾਸਤੇ ਪੌਜ ਨਹੀਂ ਬਣਾਉਣੇ ਹੀਰਵਾ ਨੇ ਐ ਇਹਨੂੰ ਆਪਣੀ ਦੁਕਾਨਦਾਰੀ ਤੱਕ ਮਹਦੂਦ ਰੱਖ ਕਦੇ ਨੂੰ ਇਹਨੂੰ ਐਵਰ ਨਿਊ ਸਟੂਡੀਓ ਨਾ ਬਣਾ ਸਮਝ ਆਈ ਆ
ਤਮੀ ਤੇਰੇ ਕੋ ਕਹਿੰਦੇ ਤੇਰੇ ਕੋ ਤਜਰਬਾ ਕੀ ਤਸਵੀਰਾਂ ਖਿੱਚਣ ਦਾ ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਤਸਵੀਰਾਂ ਖਿਚਾਉਂਦਾ ਆ ਅਸੀਂ ਜਦੋਂ ਕਲਰ ਘਰ ਦੇਈਦਾ ਸੀਗਾ ਬੇਬਾਤ ਤਸਵੀਰ ਯਾਰ ਇਹਨੂੰ ਹੁਣ ਇਹਨੇ ਅੱਗੇ ਇਸ ਕੰਮ 'ਚ ਕਈ ਵਾਰੀ ਛਿੱਤਰ ਖਾਦੇ ਗਲਤ ਪੰਪ ਲਾ ਲਾ ਕੇ ਇਹਨੇ ਹੁਣ ਲੋਕਾਂ ਦੇ ਜਿਹੜੇ ਖੁਸ਼ਗਵਾਰ ਮਾਹੌਲ ਵਿਆਹ ਦੇ ਲਮਹਾਤ ਹੁੰਦੇ ਉਹਨਾਂ ਨੂੰ ਬਰਬਾਦੀ ਫੇਰਨੀ ਬਿਲਕੁਲ ਇੰਨੀ ਇੰਨੀ ਜੋ ਦੁਲਹਨ ਆਈ ਹੋਵੇ ਤਸਵੀਰ 'ਚ ਤਾਂ ਕੀ ਕਰ ਲੈਂਗਾ ਹਾਏ ਹਾਏ ਵੀ ਦੁਲਹਨ ਦੀ ਸਿਰਫ ਇੰਨੀ ਸੈੜ ਆ ਰਹੀ ਹੈ ਬਈ ਗਿੱਟਿਆਂ ਤੋਂ ਸਿਰਫ ਸੋਰਾ ਆ ਰਿਹਾ ਹਾਂ ਦੱਸ ਤੈਨੂੰ ਪਤਾ ਹੈਗਾ ਤਸਵੀਰ ਦੇ ਪੌਜ਼ ਕੀ ਹੁੰਦੇ ਆ ਜਾਨੀ ਸਾਹਿਬ ਪੌਜ਼ਾਂ ਦਾ ਵੀ ਪਤਾ ਮਿਸਕਿੰਗ ਸਾਰੀ ਕਰ ਲੈਣਾ ਵਾ ਕੀ ਉਹ ਮਿਸਕਿੰਗ ਵੀਡੀਓ ਦੀ ਮਿਸਕਿੰਗ ਮਿਸਕਿੰਗ ਕਰ ਲੈਂਦਾ ਹਾਂਜੀ ਹਾਂਜੀ ਸਹੀ ਗੱਲ ਮਿਸਕਿੰਗ ਜਿਸਕਿੰਗ ਗੋਲੀ ਪਿੱਲਾ ਹਾਂਜੀ ਇਹ ਵੀ ਆਪਣੇ ਵਿਆਹ ਦੀ ਵੀਡੀਓ ਸੀਸੀਟੀਵੀ ਕੈਮਰੇ ਥਣੀ ਆਈ ਸੀ ਯਕੀਨ ਕਰੋ ਐ ਤਾਂ ਗੱਲ ਸੁਣੋ ਜਾਨੀ ਖਾਨ ਜੀ ਆ ਉੱਤੇ ਇੱਕ ਡਰਮ ਬਣਾਉਣਾ ਮੈਂ ਸ਼ਰਬਤ ਤੇ ਬਜ਼ੂਰੀ ਦਾ ਲਾਉਣਾ ਉੱਤੋਂ ਮੈਂ ਟੂਟੀ ਲਾਉਣੀ ਆ ਉਹ ਬੱਚੇ ਨੂੰ ਕਹਿ ਦਿਓ ਕਿ ਟੂਟੀ ਜਿਹੜੀ ਉਹ ਵੀ ਲਾ ਉਹ ਰੰਗ ਵਾਲੇ ਨੇ ਲਾਉਣੀ ਉਹ ਪਲੰਬਰ ਨੇ ਲਾਉਣੀ ਹੈ ਇਹ ਪਲੰਬਰ ਕਾ ਸਿਕੰਦਰ ਨਹੀਂ ਲਾਉਂਦਾ ਮੈਂ ਕੀ ਕਰਾਂ ਫਿਰ ਤਾਜੀ ਚਲੋ ਨਿਕਲੋ ਚਲੋ ਕੌਣ ਮੈਂ ਭਾਜੀ ਲਿਖਣਾ ਸ਼ੁਰੂ ਐਰ ਨੂੰ ਪਹਿਲੇ ਰੰਗ ਸਹੀ ਕਰ ਸਾਰਾ ਨੀਲਾ ਰੰਗ ਕਰ ਇੱਥੇ ਦੁਬਾਰਾ ਅੱਛਾ ਜੀ ਸਾਫ਼ ਕਰਕੇ ਤੈਨੂੰ ਮੈਂ ਮਜ਼ਮੂਨ ਦੇਣਾ ਠੀਕ ਹੈ ਉਹ ਤੂੰ ਮਜ਼ਮੂਨ ਲਿਖ ਦੇਣਾ ਇੱਥੇ ਕਿਸੇ ਬੰਦੇ ਦੀ ਤੂੰ ਗੱਲ ਨਹੀਂ ਸੁਣਨੀ ਪੈਸੇ ਤੈਨੂੰ ਮੈਂ ਦੇਣਾ ਚੱਲ ਹਾਈਦਾ ਏਦਾਂ ਤੁਸੀਂ ਮੇਰੇ ਕੋ ਪਾਤਾ ਦਿਮਾਗ ਖਰਾਬ ਕਰਤਾ ਮੇਰਾ ਚੱਲ ਚੱਲ ਜੀ ਇਹਨੇ ਕਪਾਇਆ ਆਪਣੇ ਆਪਣੇ ਭਾਈ ਹੁਣੀ ਆਇਆ ਇਹਨਾਂ ਨੇ ਕੰਮ ਕਰਾਇਆ ਸਾਰਾ ਸਹੀ ਆ ਜਾਈ ਕਹਿੰਦੇ ਭਾਈ ਹੁਣੀ ਆਇਆ ਤੇ ਨਾ ਕੰਮ ਸਹੀ ਓਏ ਬਕਵਾਸ ਨਾ ਕਰ ਚੱਲ ਚੱਲ ਨਿਕਲੋ ਸ਼ਾਬਾਸ਼ ਨਹੀਂ ਮੈਂ ਜਦੋਂ ਸਾਰੀ ਤਿਆਰ ਕਰਾ ਲਾਂਗਾ ਤੁਹਾਨੂੰ ਬੁਲਾ ਲਾਂਗਾ ਚਲੋ ਨਹੀਂ 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 ਉਹ ਬੈਜੋ ਭਾਈ ਨਹੀਂ ਐਂ ਤਾਂ ਨਹੀਂ ਹੁੰਦਾ ਮੈਂ ਵੀ ਜਾਨੀ ਖੰਨਾ ਆਪਣੇ ਹੱਥੀ ਆਪਣੇ ਸਿੱਧਾ ਸਰਪ੍ਰਸਤੀ ਦੇ ਵਿੱਚ ਲਿਖਾ ਕੇ ਜਾਵਾਂ ਕਿ ਕੀ ਲਿਖ ਲਿਆ ਹਾਂ ਚਲ ਆ ਲਹਾ ਆ ਵੀ ਦੇਖ ਵੇ ਲੈ ਪਹਿਲੇ ਇਧਰ ਆ ਪਹਿਲੇ ਪਹਿਲੇ ਇਧਰ ਪਾ ਚਿੱਟਾ ਰੰਗ ਫੜ ਪਹਿਲੇ ਓਏ ਹਕੀਮ ਦਾ ਪਹਿਲੋਂ ਲਿਖਾ ਲਈਏ ਹਕੀਮ ਨੇ ਤੇ ਬੇੜਾ ਕਰ ਕਰ ਲਿਆ ਉਹ ਮੈਨੂੰ ਕਮਲ ਹੀ ਪਾਤਾ ਪਰੇ ਪਰੇ ਦਾ ਉਹ ਪਹਿਲੇ ਕਾਪਾ ਬਣਾ ਹੋ ਇੱਥੇ ਹਾਂ ਜੀ ਤਸਵੀਰ ਵੀ ਉੱਥੇ ਲੈ ਪਾ ਜੀ ਚਲ ਪਰੇ ਹੋ ਜਾ ਇਹਦੇ ਉਹ ਲੱਕੜੀ ਵਾਲੇ ਦਾ ਵੀ ਤਾਂ ਕੰਮ ਕਰਨਾ ਨਾ ਉਹ ਆਇਆ ਹੀ ਨਹੀਂ ਹਲੇ ਵਿਚਾਰਾ ਇੱਥੇ ਲਿਖ ਯਾਰ ਕੁਛ ਨਾ ਕੁਛ ਕੀ ਲਿਖਾ ਇੱਥੇ ਲਿਖ ਕੁਛ ਨਾ ਕੁਛ ਲਿਖਦੇ ਨਾ ਨਹੀਂ ਇੱਥੇ ਲਿਖ ਚਾਚਾ ਤਾਜ ਯਾਰ ਤੂੰ ਵੱਡੀ ਵਾਲੀ ਪੇਜ ਲਿਖਣਾ ਵੱਡੀ ਤੇ ਛੋਟੀ ਵਾਲੀ ਪੇਜ ਲਿਖ ਰਿਹਾ ਤੂੰ ਚਾਚਾ 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 ਇੱਕ ਦੋ ਤਿੰਨ ਇੱਕ ਦੋ ਤਿੰਨ ਅੱਛਾ ਚੂਚਾ ਲਿਖ ਦਿੰਦਾ ਤਾਜ ਆਹ ਇੱਥੇ ਬਰੈਕਟ ਚ ਲਿਖ ਮਰਹੂਮ ਆਹ ਜਿਹੜਾ ਕਿਰਾਇਆ ਨਹੀਂ ਦਿੰਦਾ ਮੇਰੇ ਵੱਲੋਂ ਤਾਂ ਮਰ ਗਿਆ ਭਾਈ ਮਰਹੂਮ ਮੇ ਮਿੰਨਤ ਮਰਹੂਮ ਬ੍ਰੈਕਟ ਪਾ ਇੱਥੇ ਇੱਧਰ ਆ ਜਾਓ ਜੀ ਇੱਥੇ ਇੱਧਰ ਆ ਜਾਓ ਕਰ ਲਾ ਸਾਰੀਆਂ ਦੁਕਾਨਾਂ ਤੇ ਪੇਸਟ ਕਰੀ ਜਾ ਮਰਹੂਮ ਵਾਲਾ ਪਰੇ ਦਫਾ ਹੋ ਜਾ ਇੱਥੇ ਲਿਖੋ ਜੀ ਹਾਲੀਵੁੱਡ ਯੋਲੀਵੁੱਡ ਮੇ ਆਪਣਾ ਲੋਹਾ ਮਨਵਾਨੇ ਕੇ ਬਾਅਦ ਤੂੰ ਥੋੜਾ ਹਾਲੀਵੁੱਡ ਲਿਖ ਲਾ ਹਿਸਾਬ ਨਾਲ ਹਾਲੀਵੁੱਡ ਔਰ ਯੋਲੀਵੁੱਡ ਮੇ ਆਪਣਾ ਲੋਹਾ ਮਨਵਾਨੇ ਕੇ ਬਾਅਦ ਮਿੱਠਾ ਪੁਰੀਆ ਪੇਸ਼ੇ ਖਿਦਮਤ ਹੈ ਯਾਨੀ ਕਿ ਮਾਰਕੀਟ ਮੇ ਅੱਛਾ ਹਾਲੀਵੁੱਡ ਹਾਂ ਵੁੱਡ ਲਿਖੋ ਹਾਲੀਵੁੱਡ ਲਿਖ ਦਿੰਦੇ ਤੇ ਠੀਕ ਸੀ ਵੁੱਡ ਲਿਖਣਾ ਕੀ ਖਾਬ ਵੀ ਅਲਿਫ ਵਾ ਆ ਹਾਲੀਵੁੱਡ ਐ ਸੁੱਕ ਲੈਂਦੇ ਬਾਕੀ ਬਾਅਦ ਚ ਲਿਖ ਦੋਰੇ ਆ ਇੱਧਰ ਆਓ ਇੱਧਰ ਪਹਿਲੇ ਇਹਦਾ ਇਹਦਾ ਬਾਸ ਦਾ ਇੱਥੇ ਲਿਖ ਦੇ ਇੱਧਰ 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 ਇੱਥੇ ਇੱਥੇ ਲਿਖ ਠਹਿਰ ਜਾ ਇੱਕ ਮਿੰਟ ਚਾਹ ਟੀ ਸਟਾਲ ਅਬਾਸ ਟੀ ਸਟਾਲ ਦੁੱਧ ਪੱਤੀ ਰੇਟ ਕੀ ਰੱਖਣਾ ਜੀ ਤਾਜ਼ੀ ਤਾਜ਼ੀ ਪੁਰਾਣਾ ਹੀ ਹਾਂ ਪੁਰਾਣਾ ਹੀ ਪੰਜਾਹ ਰੁਪਏ ਅਬਾਸ ਟੀ ਸਟਾਲ ਪੰਜਾਹ ਰੁਪਏ ਆ ਕੇ ਲਿਖਤਾ ਜੀ ਠਹਿਰ ਜਾ ਇੱਕ ਮਿੰਟ ਇਹ ਕਿਸੇ ਕਿਉਂ ਲਿਖਿਆ ਜੀ ਤੁਸੀਂ ਨਹੀਂ ਭਾਜੀ ਗਿਆ ਠਹਿਰ ਜਾ ਇੱਕ ਮਿੰਟ ਲਿਖਦੇ ਮੈਨੂੰ ਕਦੋਂ ਕਿਹਾ ਠਹਿਰ ਜਾ ਇੱਕ ਮਿੰਟ ਓਏ ਉਹਨਾਂ ਨੇ ਤੈਨੂੰ ਕਿਹਾ ਸੀ ਬਈ ਜਰਾ ਠਹਿਰ ਜਾ ਮੈਂ ਲਿਖਣਾ ਹੈ ਤੂੰ ਇਹੋ ਹੀ ਲਿਖ ਓਏ ਮੈਂ ਤੈਨੂੰ ਕਿਹਾ ਠਹਿਰ ਜਾ ਇੱਕ ਮਿੰਟ ਮੈਨੂੰ ਸੋਚ ਲੈਣ ਦੇ ਲੈ ਓਹੋ ਪਹਿਲੇ ਪੂਰੀ ਗੱਲ ਸਮਝ ਲਈਦੀ ਹੁੰਦੀ ਹੈ ਵੀਰੇ ਸਾਦੀਆਂ ਗੱਲਾਂ ਵੀ ਲਿਖੀ ਜਾਂਦੇ ਆ ਇੱਧਰ ਲਿਖ ਹਕੀਮ ਦਾ ਆਪੀ ਗਿਆ ਇੱਧਰ ਆ ਜਰਾ ਇੱਥੇ ਲਿਖ ਆਪੀ ਕਿਆ ਇੱਥੇ ਲਿਖ ਲਾਈਫ ਰਿਸਕ ਦਵਾ ਕਰਨਾ ਵੈਸੇ ਤਾਂ ਮੇਰੇ ਤੇ ਕਿਤਾਬਾਂ ਲਿਖੀਆਂ ਜਾਂਦੀਆਂ ਅੱਜ ਕੰਧ ਵੀ ਲਿਖ ਬੈਠੇ ਇੱਥੇ ਲਿਖ ਮਰੀਜ਼ ਲੈ ਕੇ ਆਏ ਲਾਸ਼ ਲੈ ਕੇ ਜਾਏ ਨਹੀਂ ਮਰੀਜ਼ ਦੀ ਜ਼ਿੰਮੇਦਾਰੀ ਆਪ ਕੀ ਮਰੀਜ਼ ਲੈ ਕੇ ਆਏ ਲਾਸ਼ ਲੈ ਕੇ ਜਾਏ ਯਾਰ ਤੂੰ ਲਿਖ ਇੱਥੇ ਤੰਦਰੁਸਤੀ ਕੀ ਹਜ਼ਾਰ ਨਿਮਤ ਲਾਸ਼ ਲੈ ਕੇ ਜਾਏ
लेके जा, लेके इधर आ जा, मैं तेनू अगे इधर एदा की काम आ, किधर गया? चला अपना समान कट्ठा करन लिया जी। एक इन्हें हुण नाइयां दा, नाइयां दा ते मैं छुट्टी कराती उहदी। ए जी उहने ड्राई क्लीनिंग दा काम शुरू कर लिया। साले ने के साले ने? साले ने। ਕਿਹੜੇ ਸਾਲੇ ਨੇ? ਪਹਿਲੇ ਸਾਲੇ ਨੇ ਕਿ ਦੂਜੇ ਸਾਲੇ ਨੇ? ਇਹ ਇਹਨਾਂ ਚੋਂ ਇੱਕ ਸਾਲੇ ਨੇ ਕੀਤਾ ਜੀ। ਇਹ ਦੂਜਾ ਸਾਲਾ ਵਾ ਮੇਰੇ ਖਿਆਲ। ਇਹ ਦੂਸਰਾ ਸਾਲਾ ਨਹੀਂ ਪਹਿਲਾ ਜੀ। ਪਹਿਲਾ ਸਾਲਾ ਤੁਹਾਡਾ ਗ੍ਰਾਮ ਚ ਹੁੰਦਾ? ਹਾਂ ਉਹ ਆ। ਇਹ ਦੂਜਾ ਸਾਲਾ ਨਹੀਂ? ਨਹੀਂ ਦੂਜਾ ਸਾਲਾ ਨਹੀਂ। ਅੱਛਾ। ਯਾਨੀ ਸਾਹਿਬ ਇੱਕ ਮਸ਼ਵਰਾ ਕਰਨਾ ਸੀ ਕਿ ਇਹ ਪੈਪ ਮੈਂ ਇੱਥੇ ਲਾ ਲਵਾਂ ਐਂਜ ਕਰਕੇ, ਜਦੋਂ ਸ਼ੂਟ ਕਰਿਆ ਕਰਨਾ ਐਂਜ ਖੁੱਲਿਆ ਕਰਨਗੇ ਐਂਜ ਕਰ। ਅੱਛਾ, ਯਾਨੀ ਕਿ ਤੂੰ ਇੱਕ ਤੇ ਕੰਮ ਹੀ ਕਰਨਾ ਵਾ, ਤੂੰ ਤੇ ਇੱਥੇ ਸਟੂਡੀਓ ਵੀ ਬਣਾ ਰਿਹਾ? ਹਾਂਜੀ। ਤੇ ਆ ਕੇ ਇੱਥੇ ਤਸਵੀਰਾਂ ਵੀ ਖਿਚਾਉਣ ਲੱਗ ਜੀ? ਕਿਰਾਇਆ ਦੇਣਾ ਵਾ, ਅਸੀਂ ਕੋਈ ਮੁਫਤ ਰਹਿਣਾ ਹੈ? ਕਦੋਂ ਕਿਦੋਂ ਦੇਣਾ ਵਾ ਤੂੰ? ਬਸ ਦੇ ਦਿਆਂਗੇ ਜਦੋਂ ਦਿਲ ਕੀਤਾ। ਓਏ ਮੇਰੀ ਗੱਲ ਸੁਣ ਓਏ, ਬਸ ਲਿਖ ਲਾ, ਕੋਈ ਹੋਰ ਥੋੜੀ ਬਹੁਤ ਗੱਲ ਕਹਿੰਦੇ ਆ ਤੇ ਕਰਦੇ, ਨਹੀਂ ਤੇ ਅੱਲਾ ਸਪੁਰਦ। ਚੱਲ ਚਲੋ ਇਹਨੂੰ ਸੁੱਕ ਲੈ ਦੇ, ਹੱਥ ਕੋਈ ਨਾ ਲਾਵੇ ਮਰਹੂਮ ਨੂੰ। ਓ ਯਾਰ, ਮਰਹੂਮ ਦੀ ਜਗ੍ਹਾ ਤੇ ਕਮ ਸਿੰਘ ਲਿਖਾਓ। ਕੀ? ਕਮ ਸਿੰਘ ਲਹੋ ਨਾ, ਮੈਂ ਜੌਨ ਸਿਨਾ ਨਾ ਲਹਾਦਾ, ਕਮ ਸਿੰਘ ਜੌਨ ਸਿਨਾ। ਓਏ ਸਾਰੀ ਫਿਲਮ ਇਹਨੇ ਬਣਾਤੀ, ਹਨੇਰਾ ਹੀ ਆਇਆ ਉਸ ਚ। ਕਿਉਂ? ਉਹ ਅੱਗੋਂ ਕੋਲੀ ਜੀ ਲਾਈ ਨੀ ਸਾਜੀ, ਇਹਦੇ ਕੋਲ ਸਾਰੀ ਫਿਲਮ ਕੱਟੀ ਗਈ ਤੇ ਉਹਨਾਂ ਨੂੰ ਕਹੀ ਜਾਵੇ ਇਹ ਰਿਵੈਂਡ ਹੋਣੀ ਆ, ਮੋਟਰ ਸੜ ਗਈ ਆ। ਅਬਾਸ ਖਾਨ ਜੀ, ਅਬਾਸ ਜੀ, ਮੈਂ ਕਿਹਾ ਬੇਟੇ ਖਾਂ ਫੱਟਾ ਦਰਾਇਆ ਨੂੰ ਕਰਾਈ ਫੜੇ। ਬਸ 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 ਬਸ, ਹਕੀਮ ਮੈਂ ਜ਼ਿੰਦਾ ਹੋ ਗਿਆ। ਕਿੱਦਾਂ? ਕੈਮਰਾ ਫੜ ਕੇ ਉੱਤੇ ਬਟਨ ਲੱਗਾ ਹੁੰਦਾ ਲਾਲ ਜਿਹਾ, ਕਲਿੱਕ ਕਰ ਦਿਓ, ਵਿੱਚੋਂ ਸਾਰਾ ਕੁਛ ਨਜ਼ਰ ਆਈ ਜਾਂਦਾ। ਇਹੀ ਕਹੀ ਨਾ, ਸਮਾਈਲ ਪਲੀਜ਼, ਸਮਾਈਲ ਪਲੀਜ਼, ਬਸ ਹਾਂ, ਉਹ ਕਰ ਲਾਂਗੇ, ਕੋਈ ਰੌਲਾ ਨਹੀਂ। ਨਹੀਂ ਮੂਵੀ ਦਾ ਬਾਅਦ ਚਾਹੇ ਜਿੱਥੇ ਚੱਲਾ, ਪਹਿਲੇ ਕੁਰਸੀ ਲੈ ਕੇ ਆ, ਕੁਰਸੀ ਫੜ ਕੇ ਲਿਆ ਜਲਦੀ, ਲਿਆ ਲਿਆ ਕਾਜੀ, ਮੈਂ ਚੱਲਣਾ ਸੀ। ਓਏ ਆ ਜਾ ਆ ਜਾ, ਕੁਰਸੀ ਲਿਆ ਕਾਜੀ, ਇੱਧਰ ਆ। ਤੁਹਾਡੇ ਕਾਜੀ ਕੰਮ ਹੀ ਨਹੀਂ ਮੁੱਕਦੇ ਬਾਹਰ। ਭਾਜੀ ਮੇਰੀ ਗੱਲ ਸੁਣ ਲਓ, ਚਾਚਾ ਤੇਰਾ ਬੈਂਚ ਕਿੱਥੇ ਆ? ਮੇਰਾ ਇੱਧਰ ਸਮਾਨ ਸਮੂਨ ਇੱਧਰ। ਮੇਰੀ ਸੁਣ ਲਓ ਗੱਲ ਭਾਜੀ ਜੀ, ਭਾਜੀ ਮੈਂ ਰੁਪਈਆ ਲਾਤਾ ਵਾ ਤੋਂ 3-4 ਲੱਖ ਮਾਰਕੀਟ। ਓਏ ਹੋਏ, ਸਿਰਫ ਤੁਹਾਡੀ ਵਜ੍ਹਾ ਤੋਂ ਕਿ ਯਾਰ ਸ਼ਾਇਦ ਮਾਰਕੀਟ ਦਾ ਕੋਈ ਰੰਗ ਰੂਪ ਨਿਕਲੇ, ਠੀਕ ਹੈ ਨਾ? ਕੋਈ ਟਿਕ ਟੋਕਰ ਬੱਚੇ ਮੈਂ ਇੱਥੇ ਬੁਲਾਵਾਂਗਾ, ਉਹ ਇੱਥੇ ਆ ਕੇ ਸੈਲਫੀਆਂ ਬਣਾਉਣ ਗਾਹਕ ਆਏਗਾ, ਠੀਕ ਹੈ ਨਾ? ਇਸ ਤੋਂ ਬਾਅਦ ਕੋਈ ਟਿਕ ਟੋਕ ਵਾਲਾ ਆਵੇ, ਕੋਈ ਹੋਰ ਆਵੇ ਜਿਹੜਾ ਵਾਇਰਲ ਹੋਵੇ ਕੰਮ, ਸਕੀਮ ਅੱਛੀ ਆਵੇ ਉਹਦੇ ਵਿੱਚ, ਮੈਂ ਇਸ ਤੋਂ ਸਾਰਾ ਕੰਮ ਕਰਵਾਇਆ ਵਾ। ਬਿਲਕੁਲ ਇਹਦੀ ਮੈਨੂੰ ਸਮਝ ਨਹੀਂ ਆਉਂਦੀ ਵੀ ਤੇਰਾ ਕੀ ਇਹਦਾ ਕੀ ਤਜਰਬਾ ਵਾ, ਇਹਨੇ ਆਪਣਾ ਚੱਲਦਾ ਕੰਮ ਤਜਰਬੇ ਵਾਲਾ ਛੱਡ ਕੇ ਤੇ ਇਹਨੇ ਫੋਟੋਗ੍ਰਾਫਰੀ ਵੱਲ, ਤੇਰਾ ਫੋਟੋਗ੍ਰਾਫਰੀ ਦਾ ਕੀ ਕੰਮ ਆ? ਜਾਨੀ ਸਾਹਿਬ, ਜੋ ਤੁਹਾਡਾ ਇੱਕ ਕੰਮ ਨਾ ਚੱਲੇ, ਤੁਹਾਨੂੰ ਕੰਮ ਚੇਂਜ ਕਰਨਾ ਚਾਹੀਦਾ। ਫੋਟੋਗ੍ਰਾਫੀ ਚ ਕਾਹਦਾ ਤਜਰਬਾ? ਇਹ ਤੁਸੀਂ ਬੈਠੇ ਮੈਂ ਜੇ ਕਰਕੇ ਘੜੇ ਚ ਕਰਦੇ ਨਹੀਂ, ਆ ਲਓ। ਨੋ ਨੋ ਨੋ, ਸਹੀ ਗੱਲ ਆ, ਇਹ ਮੈਨੂੰ ਲੱਗਦਾ ਇਹ ਦੋਵੇਂ ਕੰਮ ਮਿਕਸ ਹੋ ਜਾਣੇ ਇਹਨੇ ਜਦੋਂ ਜਾਇਆ ਕਰ। ਇਹ ਦਿਲ ਕਰੇ ਵਿਆਹ ਵਾਲੇ ਘਰ ਜਾਵੇ, ਫੋਟੋਗ੍ਰਾਫੀ ਕਰੇ, ਸ਼ਗਿਰਦ ਨੂੰ ਕਵੇ ਓਏ ਤੂੰ ਇਧਰੋਂ ਸਾਰੀਆਂ ਫੋਟੋਆਂ ਬਣਾ, ਮੈਂ ਲਾੜੇ ਦੇ ਪਿਓ ਦਾ ਬੈੱਡ ਲੱਥ ਗਿਆ ਉਹ ਚੜਾ ਕੇ ਆਉਣਾ। ਸਹੀ ਗੱਲ ਆ, ਨਹੀਂ ਮਿਕਸ ਕਰ ਦੇਣਾ ਕੰਮ, ਇਹਨੇ ਰੌਲਾ ਪਾ ਦੇਣਾ, ਇਹਨੇ ਕਹਿਣਾ ਵੀ ਲਾੜਾ ਜੀ ਸਮਾਈਲ ਤੇ ਨਾਲੇ ਬੇਟਾ ਪੱਟੀ ਖਿੱਚ ਤਰਾ ਥੋੜੀ ਜੀ। ਇਹਦਾ ਕੀ ਪਤਾ ਬਈ, ਉਹਨਾਂ ਨੂੰ ਕਹਵੇ ਬਈ ਇਹਨਾਂ ਦੀਆਂ ਬਾਹਾਂ ਤੇ ਨਲਕੀਆਂ ਲਵੇਟੋ, ਮੈਂ ਤਸਵੀਰਾਂ ਖਿੱਚਣੀਆਂ। ਲੈ ਸਹੀ ਗੱਲ, ਸਾਰੀ ਫਿਲਮ ਇਹਨੇ ਬਣਾਤੀ, ਹਨੇਰਾ ਹੀ ਆਇਆ ਉਸ ਚ। ਕਿਉਂ? ਉਹ ਅੱਗੋਂ ਕੋਲੀ ਜੀ ਲਾਈ ਨੀ। ਇਹਨੇ ਖਿੱਚੀਆਂ ਤਸਵੀਰਾਂ ਜੀ, ਘਰ ਰੀਲ ਲਿਆ ਕੇ ਬੁੱਢੀ ਨੂੰ ਕਹਿੰਦਾ ਮਸ਼ੀਨ ਚ ਪਾ ਕੇ ਧੋ ਦੇ ਤੇਰਾ। ਜਾਨੀ ਸਾਹਿਬ, ਐਡੀਟਿੰਗ ਦਾ ਵੀ ਹੱਲ ਮੇਰੇ ਕੋਲ ਹੈ ਕਿ ਜਿਹੜਾ ਅਸੀਂ ਐਡੀਟਿੰਗ ਕਰਨੀ ਆ, ਮੈਂ ਉਹਦੀ ਤਸਵੀਰਾਂ 10-20 ਵੱਧ ਖਿੱਚ ਲਿਆ ਕਰਨੀਆਂ, ਜਿਹੜੀ ਸਹੀ ਆਈ ਉਹ ਦੇਤੀ। ਇਹਨੇ ਵਿਆਹ ਵਾਲੇ ਘਰ ਜਾ ਕੇ ਪੁੱਛਿਆ ਕਰਨਾ ਇਹ ਕਿੰਨੇ ਫੁੱਟ ਗਹਿਰੀ ਤਸਵੀਰ ਖਿੱਚਣੀ ਜੀ। ਸਹੀ ਗੱਲ ਆ, ਉਹਨਾਂ ਨੂੰ ਪੁੱਛਣਾ ਵੀ ਅੰਡਰਗਰਾਉਂਡ ਮੂਵੀ ਬਣਾਣੀ ਕਿ ਬਾਹਰੋਂ ਬਾਹਰ। ਸਹੀ ਗੱਲ ਆ, ਤੇ ਤਸਵੀਰ ਨੂੰ ਹੈਂਡਲ ਵਾਲ ਪਾਉਣਾ ਜੀ। ਓਏ ਵੱਡੀ ਹੁੰਦੀ ਆ 10x10 ਦੀ। ਸਹੀ ਗੱਲ ਆ, ਸਹੀ। ਇਹਨੂੰ ਜਦੋਂ ਕਿਸੇ ਨੇ ਕਹਿਣਾ ਨਾ ਭਾਜੀ ਕਿੰਨੇ ਪੈਸੇ, ਇਹਨੇ ਕਹਿਣਾ 1.5 ਲੱਖ, ਉਹਨੇ ਕਹਿਣਾ ਨਹੀਂ ਜੀ ਨਹੀਂ ਭਾਜੀ 1 ਲੱਖ ਰੁਪਇਆ ਦਿਆਂਗੇ, ਇਹਨੇ ਕਹਿਣਾ ਕਿਉਂ ਜੀ ਅੱਜ ਕੱਲ੍ਹ 70 ਫੁੱਟ ਦਾ ਤਾਂ ਵਿਆਹ ਦਾ ਬੋਰ ਹੋਣ ਦਿਆ ਅੱਜ ਕੱਲ੍ਹ। ਤਸੱਲੀ ਦੇਣ ਲਈ ਕਿਆ ਕਰਨਾ ਭਾਜੀ, ਤੁਹਾਡਾ ਲਾੜਾ ਦੇਖਣਾ ਕਿੱਦਾਂ ਪਾਣੀ ਚੱਕਦਾ। ਇਹਨਾਂ ਕਹਿਣਾ ਜੀ ਤਸਵੀਰ ਆਦਮ ਜੀ ਪਲਾਸਟਿਕ ਚ ਬਣਾਉਣੀ,
ਭਾਈ ਤਸਵੀਰ ਨਹੀਂ ਸਹੀ ਆਣੀ ਇਹਨੇ ਕਹਿਣਾ ਲੋ ਲਾੜੇ ਦੀ ਤਾਂ ਚੂੜੀ ਮਰੀ ਪਈ ਇਹ ਤਸਵੀਰ ਖਿੱਚਣ ਲੱਗਿਆ ਨੇ ਕਹਿਣਾ ਆਹ ਲਾੜੇ ਦੇ ਬੁੱਲਾਂ ਚੋਂ ਰੇਤ ਕੱਢੋ ਪਹਿਲਾਂ ਤੇਰਾ ਕੰਮ ਤੇ ਪਹਿਲੇ ਪੰਪਾਂ ਦਾ ਸੀ ਤੂੰ ਇਕਦਮ ਫੋਟੋਗ੍ਰਾਫਰੀ ਜਾ ਗਿਆ ਪਾਗਲਾ ਉਹ ਯਾਰ ਜੇ ਮਾੜਾ ਮੋਟਾ ਉਨੀ ਕੀ ਹੋਈ ਜਾਂਦੀ ਹੈ ਜੇ ਉਹ ਜ਼ਿਹਨ ਚ ਆ ਗਿਆ ਕਿਤੇ ਏਡਾ ਕਿਹੜਾ ਰੌਲਾ ਵਾ ਇਹ ਖਲੋਤਾ ਸੀ ਉਹਨਾਂ ਨੇ ਕਿਹਾ ਖਿੱਚਣ ਨਹੀਂ ਦਿਆ ਕਹਿੰਦਾ ਠਹਿਰੋ ਕੈਮਰੇ ਚ ਰੇਤ ਆਉਣ ਲੱਗ ਪਈ ਸਾਰੀ ਫਿਲਮ ਕੱਟੀ ਗਈ ਤੇ ਉਹਨਾਂ ਨੂੰ ਕਹੀ ਜਾਵੇ ਇਹ ਰਿਵੈਂਡ ਹੋਣੀ ਆ ਮੋਟਰ ਸੜ ਗਈ ਆ ਤਸਵੀਰ ਖਿੱਚਦੇ ਨੇ ਇਹਦੇ ਬਾਵਜੂਦ ਕਹਿੰਦੇ ਨੇ ਉਸ ਤੋਂ ਵੀ ਅਗਲੀ ਗੇਮ ਕਰਨ ਵਾਸਤੇ ਭਾਈ ਫੋਟੋਗ੍ਰਾਫਰ ਨੂੰ ਬੁਲਾਓ ਇਹ ਛਿੱਤਰ ਖਾਏਗਾ ਨਾਲ ਤੁਹਾਨੂੰ ਵੀ ਇੱਥੇ ਆ ਕੇ ਲੋਕਾਂ ਨੇ ਕੁੱਟਣਾ ਜੀ ਛਿੱਤਰ ਪੈਣਾ ਇੱਥੇ ਲੋਕਾਂ ਨੇ ਆ ਕੇ ਮਾਰਨੇ ਮੈਂ ਤੁਹਾਨੂੰ ਦੱਸਦੀ ਹਾਂ ਕੋਈ ਵੀ ਕੰਮ ਐਸਾ ਹੋਵੇ ਨਾ ਉਹਨਾਂ ਦੇ ਰੰਗ ਕਰ ਗਿਆ ਨਹੀਂ ਸਹੀ ਹੋਇਆ ਉਹਨੇ ਦੁਬਾਰਾ ਇਹ ਰੰਗ ਉੱਤੇ ਕਰਕੇ ਇਹਨੂੰ ਸਹੀ ਕਰ ਦੇਣਾ ਇੱਕ ਜਗ੍ਹਾ ਤੇ ਨਵੇਂ ਕੱਪੜੇ ਪਏ ਆ ਬਰਾਤੀਏ ਨੇ ਮਹਿੰਦੀ ਆ ਵਲੀਮਾ ਵਾ ਉਹ ਦੁਬਾਰਾ ਅਗਲੇ ਦਿਨ ਜੋ ਕਵੇ ਜੀ ਦੁਬਾਰਾ ਬੁਲਾ ਲਓ ਸਾਰੇ ਮੈਂ ਠੀਕ ਕਰ ਦੇਣਾ ਕਿੱਦਾਂ ਆਉਣਗੇ ਦੁਬਾਰਾ ਇਹ ਨਹੀਂ ਹੋਣਾ ਉੱਥੇ ਅਗਰ ਗਲਤੀ ਹੋ ਗਈ ਤਾਂ ਗੁੰਜਾਇਸ਼ ਨਹੀਂ ਫਿਰ ਐਲਬਮ ਬਣਦੇ ਨੇ ਬਾਅਦ ਚ ਹਾਂ ਉਹ ਮੈਨੂੰ ਸਿਰਫ ਐਲਬੋ ਦਾ ਪਤਾ ਬਿਲਕੁਲ ਸਹੀ ਗੱਲ ਹੈ ਇਹਨੇ ਕੋਈ ਡਰਾਉਣ ਨਹੀਂ ਸੀ ਹੈ ਜੀ ਮੋਬਾਈਲ ਤੇ ਵੀਡੀਓ ਚਲਾ ਕੇ ਗੈਸੀ ਭਗਾਲੇ ਬਣ ਕੇ ਜੜਤਾ ਬਣਾਈ ਹੋਈ ਮੂਵੀ 'ਚ ਐਡਿਟ ਵੀ ਇੰਜ ਹੋਣੀ ਆ ਕਿ ਦੁਲਹਨ ਦੀ ਐਂਟਰੀ ਭਲਾ ਕੀ ਆ ਵੀ ਟੈਂਕੀ ਦਾ ਟੱਕਣ ਖੁੱਲ ਰਿਹਾ ਵਾ ਵਿੱਚੋਂ ਹੁਣ ਦੁਲਹਨ ਨਿਕਲ ਰਹੀ ਹੈ ਕਰ ਭਾਜੀ ਆ ਵਿੱਚ ਦੇਖੋ ਜ਼ਰਾ ਵਿੱਚ ਇੱਥੇ ਦੇਖੋ ਕੁਛ ਹੈਗਾ ਮੈਂ ਤੁੱਕ ਸੁਣ ਦੇਣਾ ਹਾਂਜੀ ਇਹ ਗੱਲ ਕਰੇ ਜਿਹੜੀਆਂ ਇਹਨੇ ਤਸਵੀਰਾਂ ਦੇਣੀਆਂ ਉੱਤੇ ਲਾਲ ਪੰਪ ਬਣਿਆ ਹੋਵੇ ਵਿੱਚ ਥੋੜਾ ਜਿਹਾ ਲਾੜਾ ਲਾਣ ਲੱਗਾ ਹੋਵੇ ਜਾਨੀ ਸਾਹਿਬ ਮੈਂ ਨੈਟ ਤੋਂ ਦੇਖ ਲਾਂਗਾ ਤੂੰ ਉਹਨੂੰ ਇਹੀ ਕਹਿਣਾ ਵੀ ਹੱਥੋਂ ਮੇ ਹੱਥ ਡਾਲੇ ਆ ਐਸੇ ਐਸੇ ਉਹ ਬਣਾ ਦੇਣੀ ਉਹ ਤੇ ਕਿਹਨੇ ਹਾਂ ਹੱਥੋਂ ਮੇ ਹੱਥ ਡਾਲ ਕੋ ਤੇ ਟੇਪ ਕਰਦੀ ਉਹਦੇ ਲੋਸ਼ਨ ਪਾ ਆਹੋ ਇਹਨੇ ਲਾੜੇ ਕੋ ਚਪੇੜਾ ਖਾ ਲਈ ਉਹਨੂੰ ਪੁੱਛੀ ਜਾਣੇ ਇਹ ਡਬਲ ਸਟਿੱਕ ਸ਼ੇਰਵਾਨੀ ਹੈ ਜੀ ਇਹਨੇ ਦੇਖੋ ਜੀ ਇਹਦੀ ਬਣਾਈ ਹੋਈ ਮੂਵੀ 'ਚ ਐਡਿਟ ਵੀ ਇੰਜ ਹੋਣੀ ਆ ਕਿ ਦੁਲਹਨ ਦੀ ਐਂਟਰੀ ਭਲਾ ਕੀ ਆ ਵੀ ਟੈਂਕੀ ਦਾ ਟੱਕਣ ਖੁੱਲ ਰਿਹਾ ਵਾ ਵਿੱਚੋਂ ਹੁਣ ਦੁਲਹਨ ਨਿਕਲ ਰਹੀ ਹੈ ਕਰ ਇਹਨੇ ਕੰਮ ਮਿਕਸ ਕਰਨਾ ਹੀ ਕਿਉਂਕਿ ਇਹਨੇ ਸਾਰੀ ਜ਼ਿੰਦਗੀ ਪੰਪਾਂ ਦਾ ਕੰਮ ਕੀਤਾ ਇਹਦਾ ਦਿਮਾਗ ਉਧਰ ਹੀ ਰਹਿਣਾ ਵੇਖ ਲਾ ਉਹ ਨਹੀਂ ਗਾਲੀ ਸਾਹਿਬ ਬਸ ਇਹੀ ਕਹਿਣਾ ਨਾ ਜ਼ਰਾ ਸਾਥ ਸਾਥ ਹੋ ਜਾਏ ਬਸ ਸਾਥ ਸਾਥ ਹੋਣਾ ਆਪਾਂ ਤਸਵੀਰ ਖਿੱਚ ਦੇਣੀ ਧੋਣ ਵਾਲਾ ਕੰਮ ਮੈਂ ਘਰ ਆਪਣੀ ਬੇਗਮ ਨੂੰ ਕਹਿਣਾ ਵੀ ਤੂੰ ਘਰ ਤਸਵੀਰਾਂ ਧੋਈ ਜਾ ਬਸ ਐਤਵਾਰ ਇਤਵਾਰ ਮਸ਼ੀਨ ਲੱਗਦੀ ਤਸਵੀਰਾਂ ਧੋ ਕੇ ਦੇ ਦਿਆ ਕਰਨੀ ਆਪਾਂ ਲਾਓ ਸਾਹਿਬ ਇਹ ਫੋਟੋਗ੍ਰਾਫਰ ਤੇ 2024 ਦਾ ਸਹੀ ਗੱਲ ਬੁੱਢੀ ਜਦੋਂ ਮਸ਼ੀਨ ਲਾਊਗੀ ਤੇ ਕੱਪੜਿਆਂ ਦੇ ਨਾਲ ਤਸਵੀਰਾਂ ਵੀ ਧੋ ਦਿਆ ਕਰੂਗੀ ਬਲੈਕ ਵੀ ਵਾਈਟ ਵੀ ਜਿੱਦ ਤੈਨੂੰ ਕੋਈ ਐਸਾ ਗਾਹਕ ਟੱਕਰ ਗਿਆ ਨਾ ਕੋਈ ਖਰ ਦਿਮਾਗ ਤੇ ਉਹਨੇ ਲੈ ਦੇ ਜਾਣਾ ਤੈਨੂੰ ਚਾਨੀ ਸਾਹਿਬ ਉਸ ਤੋਂ ਪਹਿਲੇ ਮੈਂ ਲੈ ਦੇ ਜਾਣਾ ਵਾ ਡਾਟਾ ਕਿੱਥੋਂ ਲੈਣਗੇ ਮੇਰਾ ਕੈਮਰੇ ਨਾਲ ਥੋੜਾ ਬਹੁਤ ਵਾਹ ਹੈਗਾ ਮੈਂ 620 ਕੋਈ ਨੀ ਸੁਣਿਆ ਅੱਜ ਤੱਕ ਕੈਮਰਾ ਉਹ ਹੈਗਾ ਵਾ ਜੀ ਉਹਦੀ ਉਹਨੂੰ OTGT ਕੇਬਲ ਲੱਗਦੀ ਆ ਵਾਹ ਇੰਨਾ ਨੌਲੇਜ ਤੇ ਉਹਦੇ ਕੋਲ ਹੈ ਯਾਰ ਤੂੰ ਪੜ੍ਹੀ ਲਿਖੀ ਫੈਮਿਲੀ ਦਾ ਬੱਚਾ ਮੈਂ ਤੂੰ ਚੁੱਪ ਕਰਕੇ ਪੈਂਚਰਾਂ ਦਾ ਕੰਮ ਕਰ ਲੈਂਸ ਕਿਹੜੇ ਲਏਗਾ ਲੈਂਸ ਜੀ ਉਹ ਜਿਹੜਾ ਪਿੱਛੋਂ ਬਲਰ ਨਾ ਹੋਵੇ ਬਸ ਲੱਖ ਲੈਂਸ ਬਈ ਯਾਰ ਇਹਦੇ ਕੋਲ ਓਏ ਪਿੱਛੋਂ ਬਲਰ ਹੁੰਦਾ ਅੱਜ ਕੱਲ ਕੋਡ ਕੋਰ ਉਹਨੂੰ ਕਹਿੰਦੇ ਆ ਕੀ ਕਹਿੰਦੇ ਆ ਕੋਡ ਕੋਰ ਓਏ ਲੈਟਾਂ ਹਾਂਜੀ ਲੈਟਾਂ HD ਸਲੀਮੀ ਚੌਕ ਲਾਈਟਾਂ ਥੱਲੇ ਆਈ ਤਸਵੀਰ ਖਿੱਚ ਦਿੱਤਾ ਓਏ
ਇਹ ਸਟਾਈਲ ਆ ਜਿਹੜੀ ਵੱਡੀ ਐਲਸੀਡੀ ਲੱਗੀ ਗੇਟਾਂ ਦੇ ਉਹ ਥੱਲੇ ਵੀ ਲਾੜੇ ਦੇ ਬਾਹਰ ਨਾਲ ਦੇ ਤੇ ਘਰ ਜਾ ਕੇ ਬੂਹਾ ਖੜਾ ਕਰਨਾ ਬਾਜੀ ਇਹ ਬਾਹਰ ਦੀਆਂ ਲਾਈਟਾਂ ਚਲਾਉਣਾ ਮੈਂ ਦੁਲਹਨ ਦੀਆਂ ਤਸਵੀਰਾਂ ਖਿੱਚਣੀਆਂ ਤੇ ਦੁਲਹਨ ਸਾਹਮਣੇ ਦੀ ਥੜੀ ਤੇ ਪਾਈ ਆ ਤੇ ਉੱਥੋਂ ਬਲਬ ਦੀ ਲਾਈਟ ਆ ਰਹੀ ਉਹ ਫਿਟੇ ਮੂਹ ਲਾਈਟਾਂ ਹੁੰਦੀਆਂ ਵਾ ਉਹ ਚਾਨੀ ਸਾਹਿਬ ਸਾਰਾ ਮੈਮਰੀ ਕਾਰਡ ਹੁੰਦੇ ਆ ਕਿੰਨੇ ਜੀਬੀ ਦਾ ਮੈਮਰੀ ਕਾਰਡ ਲਏਗਾ ਲੈ ਲਾਂਗੇ ਹਿਸਾਬ ਤੇ ਲੈ ਲਾਂਗੇ ਕੋਈ ਹਲੇ ਕੰਮ ਕਿੰਨੇ ਜੀਬੀ ਉਹ ਪੁੱਛ ਰਹੇ ਆ ਹਜ਼ਾਰ ਜੀਬੀ ਵਾਲਾ मिठे तू जलील सानू भी करा मेरी बड़ी बड़ी इज्जत तू खराब करा देनी मार्केट बिलकुल इतने आके गाली गुली को बंदा गाला दबे को मामा भैन दी तेन साड़ी भी इज्जत नहीं रहनी तुहाडे भी कारोबार का बेड़ा गर्क हो जाना जी नहीं जी मार्केट जगह कोई नहीं बढ़न दिया नहीं जानी खान जी देखो बच्चे का काम है उन्हें शौक पूरा कर लैन दो ऐश्वरी करके तू महीना देख लै उस बाद तू अपने पक्का ही कर ले मेरे यार दोस्त जान मार दिया चाचा ताजी में तो जान मार दा आबाज फरीद असि सारे इको ही म्याल दे तलवार है थानू किराया चाहिए ना जी पहले उनको आप ऐसे ऐसे करके ऐसे स्टाइल को ऐसे उनको स्टाइल बनाए अच्छा दुल्हन हां जी पापी जी चल जरा दुल्हे स्टाइल बना एक मिनट थलो फ्रेम लड़ाई भाभी बन रही है सुनो 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 बाजी आ ला रे रख दे ए भाभी बीच बैठ जानी है पीछे रख लो आ दूल्हे नु भी को ना ताजी मेहनत करी यार भाई आप कैमरामैन रब्बा पहले उनको पोज बनाए कोई इत्तो इत्तो हाथ पा इत्तो हेलो जी इत्तो एक मिनट इधर थलो आवांगे हां जी हां जी कैमरा नहीं है खाली आए चलो फिर कल रख लो कल रख लो जुत्ती दे मैं ला मैं मार नुक्कर ते चाह पीन दिया रंग आले नूं भेज मैं तेरे लहाई करावां सारी चल चल मेरे कैमरामैन किते रहिंदे नहीं ततड़ी बनवा दे